ਸੰਗਰੂਰ ਦੇ ਮਖਰੋੜ ਸਾਹਿਬ ਦੇ ਵਿੱਚ ਜਿਹੜਾ 5 ਦਿਨਾਂ ਤੋਂ ਜਿਹੜੀ ਘੱਗਰ ਦਰਿਆ ਦੇ ਵਿੱਚ ਦਰਾੜ ਪਈ ਸੀਗੀ, ਉਸ ਨੂੰ 6ਵੇਂ ਦਿਨ ਦੇ ਵਿੱਚ ਜਿਹੜਾ ਹੈਗਾ ਉਸ ਦਰਾੜ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋਈ ਹੈ। ਜੇ ਗੱਲ ਕਰ ਲਈਏ ਮਿਲਟਰੀ ਦੀ ਤਾਂ ਮਿਲਟਰੀ ਜਿਹੜੀ ਹੈਗੀ ਹੈ ਲਗਾਤਾਰ ਉਸ ਦੇ ਉੱਪਰ ਲੱਗੀ ਗਈ ਸੀਗੀ। ਬੇਸ਼ੱਕ ਲੋਕਾਂ ਦੇ ਇਲਜ਼ਾਮ ਵੀ ਜਿਹੜੇ ਹੈਗੇ ਸੀਗੇ ਉਹਨਾਂ ਦੇ ਉੱਪਰ ਲੱਗੀ ਸੀਗੀ ਕਿ ਕਿਹੜਾ ਕੰਮ ਹੈਗਾ ਧੀਮੀ ਜਿਹੜੀ ਗਤੀ ਦੇ ਨਾਲ ਚੱਲ ਰਿਹਾ। ਪਰ ਲੇਕਿਨ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਹੁਣ ਘੱਗਰ ਦਰਾੜ ਨੂੰ ਜਿਹੜਾ ਹੈਗਾ ਕਾਬੂ ਕਰ ਲਿਆ ਗਿਆ। ਅੱਜ 6ਵੇਂ ਦਿਨ ਦੇ ਉੱਤੇ ਆ ਕੇ ਜਿਹੜੀ ਕਿਸਾਨਾਂ ਦੇ ਲਈ ਕੁਝ ਰਾਹਤ ਦੀ ਖਬਰ ਜਿਹੜੀ ਹੈਗੀ ਆ ਉਹ ਮਿਲੀ ਹੈਗੀ ਆ। ਬੇਸ਼ੱਕ ਫਿਲਹਾਲ ਜਿਹੜੇ ਹੈਗੇ ਨੇ ਲੋਕ ਜਿਹੜੇ ਹੈਗੇ ਨੇ ਰੈਸਕਿਊ ਦੇ ਵਿੱਚ ਲੱਗੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ। ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬੋਟ ਦੇ ਰਾਹੀਂ ਇੱਕ ਗੱਟਿਆਂ ਨੂੰ ਲਿਜਾਇਆ ਜਾ ਰਿਹਾ ਆਰਮੀ ਦੇ ਵੱਲੋਂ। ਪਰ ਲੇਕਿਨ ਇਸ ਦੀ ਜਿਹੜੀ ਹਟਾਈ ਜਿਹੜੀ ਉਚਾਈ ਹੈ ਸਿਰਫ ਉਸ ਬੰਨ ਦੀ ਉਚਾਈ ਕਰਨੀ ਬਾਕੀ ਰਹਿੰਦੀ ਹੈ। ਪਰ ਲੇਕਿਨ ਬੰਨ ਦੇ ਉੱਪਰ ਜਿਹੜਾ ਕਾਬੂ ਪਾ ਲਿਆ। ਪਰ ਜਿਹੜੇ ਜੇ ਗੱਲ ਕਰ ਲਈ ਤਾਂ ਸਥਾਨਕ ਲੋਕਾਂ ਦੀ ਤਾਂ ਸਥਾਨਕ ਲੋਕ ਸਾਡੇ ਨਾਲ ਕੁਝ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂਗੇ ਕਿਉਂਕਿ ਹਰ ਵਾਰ ਹੀ ਜਿਹੜਾ ਹੈਗਾ ਸਰਕਾਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈਗੀ ਆ ਕਿ ਜੋ ਨੁਕਸਾਨਾ ਹੋਇਆ ਜੋ ਖਰਾਬਾ ਹੋਇਆ ਇਸ ਦੀ ਭਰਪਾਈ ਕਰੀ ਜਾਏਗੀ। ਪਰ ਲੇਕਿਨ ਭਰਪਾਈ ਕਿੱਥੋਂ ਤੱਕ ਹੁੰਦੀ ਹੈ ਉਹ ਜਿਹੜੇ ਲੋਕਲ ਇੱਥੋਂ ਦੇ ਸਥਾਨੀ ਨੇ ਉਹ ਦੱਸਣਗੇ। ਵੀਰ ਜੀ, ਸਰਕਾਰਾਂ ਵੱਲੋਂ ਕਿਹਾ ਜਾਂਦਾ ਜਦੋਂ ਹਰ ਵਾਰੀ ਨੁਕਸਾਨ ਹੁੰਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਸਦਾ ਜਿਹੜਾ ਮੁਆਵਜ਼ਾ ਉਹ ਅਸੀਂ ਦੇਵਾਂਗੇ, ਕੀ ਮੰਨਦੇ ਹੈਗੇ ਤੁਹਾਨੂੰ ਜਿਹੜਾ ਨੁਕਸਾਨ ਹੁੰਦਾ ਉਸਦਾ ਮੁਆਵਜ਼ਾ ਮਿਲਦਾ ਕਿਸਾਨਾਂ ਨੂੰ? ਨਹੀਂ ਜੀ, ਅਜੇ ਤਾਂ ਕੁਛ ਨਹੀਂ ਮਿਲਿਆ ਨਾ ਹੀ ਮਿਲਦਾ। ਕਹਿਣ ਦੀ ਪਰਵਾਹ ਨੇ, ਲੋਕ ਕਹਿੰਦੇ ਨੇ ਅਫਸਰ ਹਰ ਵਾਰ ਮੁਆਵਜ਼ਾ ਦੇਵਾਂਗੇ, ਪਰ ਅਜੇ ਤਾਂ ਕੁਝ ਨਹੀਂ ਮਿਲਿਆ ਇੱਥੇ, ਨਾ ਹੀ ਕੋਈ ਅਫਸਰ ਆਉਂਦਾ ਨਾ ਹੀ ਕੋਈ ਮੁਆਵਜ਼ਾ ਮਿਲਦਾ। ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਵੱਡੇ ਜਿਹੜੇ ਮੁਆਵਜ਼ੇ ਨੇ ਉਹ ਅਸੀਂ ਪ੍ਰੋਵਾਈਡ ਕਰਵਾਵਾਂਗੇ। ਕੀ ਲੱਗਦਾ ਹੈਗਾ ਤੁਹਾਨੂੰ ਕਿਸਾਨਾਂ ਨੂੰ ਮੁਆਵਜ਼ੇ ਮਿਲਣਗੇ ਇਸ ਚੀਜ਼ ਦੇ? ਇਹ ਕਹਿਣ ਦੀ ਗੱਲਾਂ ਨੇ ਜੀ ਵੀ ਮੁਆਵਜ਼ਾ ਮਿਲਦਾ ਹੈ, ਪਰ ਇਹ ਤਾਂ ਅਫਸਰਾਂ ਦੇ ਕਹਿ ਜਾਂਦੇ ਨੇ ਮੁਆਵਜ਼ਾ ਵੀ ਦੇਣਗੇ, ਤਾਂ ਅਸੀਂ ਦਫ਼ਤਰਾਂ ਦੇ ਚੱਕਰ ਖਾ ਖਾ ਕੇ ਐਂ ਫਿਰੀ ਜਾਂਦੇ ਹਾਂ, ਪਰ ਕਿਸੇ ਨੂੰ ਮੁਆਵਜ਼ਾ ਕਦੇ ਨਹੀਂ ਮਿਲਿਆ। ਬਿਲਕੁਲ ਬਿਲਕੁਲ, ਇਹਨਾਂ ਦਾ ਸਿੱਧੇ ਤੌਰ ਦੇ ਉੱਪਰ ਕਹਿਣਾ ਹੈਗਾ ਕਿ ਜੋ ਨੁਕਸਾਨ ਹੁੰਦਾ ਉਸ ਦੀ ਭਰਪਾਈ ਕੋਈ ਵੀ ਸਰਕਾਰ ਨਹੀਂ ਕਰਦੀ, ਕਿਉਂਕਿ ਕਿਸੇ ਵੀ ਵੇਲੇ ਆਪਾਂ ਦੇਖਦੇ ਹੈਗੇ ਹਾਂ ਜੋ ਸਰਕਾਰਾਂ ਨੇ ਉਹ ਝੂਠੇ ਵਾਅਦੇ ਕਰਕੇ ਆਪਣੀਆਂ ਵੋਟਾਂ ਜ਼ਰੂਰ ਲੈਂਦੇ ਨੇ, ਪਰ ਉਸ ਤੋਂ ਬਾਅਦ ਇਹਨਾਂ ਦੀ ਕੋਈ ਸਾਰ ਨਹੀਂ ਲਿੱਤੀ ਜਾਂਦੀ। ਇਹਨਾਂ ਦਾ ਫਿਲਹਾਲ ਇਹੀ ਕਹਿਣਾ ਕਿ ਜਿਹੜਾ ਘੱਗਰ ਦਰਾਜ ਦੇ ਵਿੱਚ ਪਾੜ ਪੈਣ ਦੇ ਨਾਲ ਲੋਕਾਂ ਦਾ ਨੁਕਸਾਨ ਹੋਇਆ ਉਸ ਦੀ ਭਰਪਾਈ ਸਰਕਾਰ ਬਿਲਕੁਲ ਨਹੀਂ ਕਰੇਗੀ, ਇਹਦਾ ਨੁਕਸਾਨ ਜਿਹੜਾ ਹੈਗਾ ਲੋਕਾਂ ਨੂੰ ਹੀ ਝੇਲਣਾ ਪਵੇਗਾ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ, ਸੰਗਰੂਰ।